Mr. Singh Productions presents Shri Guru Granth Sahib Maharaj Ji Di Bakshend God Vich Adab Pyar Sahit Saji Guru Roop Sat Sangat Tan Tan Baba Zorawar Singh Ji Ek Var Sare Kao Tan Tan Baba Zorawar Singh Ji Tan Tan Baba Fateh Singh Ji ਧੰਨ ਧੰਨ ਮਾਤ ਗੁਜਰ ਕੌਰ ਜੀ ਰੋਮ ਰੋਮ ਵਿੱਚੋਂ ਆਖੋਗੇ ਸੱਚੀ ਪ੍ਰਤੀਤ ਹੋਏਗਾ ਇਕੱਲੇ ਨਹੀਂ ਬੈਠੇ ਅਸੀਂ ਉਹਨਾਂ ਦੇ ਨਾਲ ਬੈਠੇ ਹਾਂ ਕਿਉਂਕਿ ਉਹ ਕਿੱਥੇ ਹਨ ਭਲਾ ਸੋ ਸਤਿਗੁਰ ਮਾਹੇ ਸਮਾਨਾ ਅਸੀਂ ਉਹਨਾਂ ਦੇ ਦਰਸ਼ਨ ਕਰਨ ਆਏ ਹਾਂ ਅਸੀਂ ਉਹਨਾਂ ਨਾਲ ਗੱਲਾਂ ਕਰਨ ਆਏ ਹਾਂ ਅਸੀਂ ਉਹਨਾਂ ਦੇ ਹਮਰਾਹ ਬਣਨ ਆਏ ਹਾਂ ਅਸੀਂ ਉਹਨਾਂ ਦੇ ਹਮ ਸਫ਼ਰ ਬਣਨ ਆਏ ਹਾਂ ਅਸੀਂ ਉਹਨਾਂ ਕੋਲੋਂ ਮੰਜ਼ਿਲ ਦੀ ਮੁਥਾਜੀ ਲੈ ਕੇ ਆਏ ਹਾਂ ਅਤੇ ਉਹ ਸਾਨੂੰ ਕਿੱਥੋਂ ਮਿਲਣਗੇ ਜੀ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ ਆਪ ਜੀ ਨੇ ਬਹੁਤ ਪ੍ਰੇਮ ਨਾਲ ਕੀਰਤਨ ਸੁਣ ਰਹੇ ਹੋ ਸ਼ਾਮੀ 4 ਵਜੇ ਤੋਂ ਚੌਂਕੜੇ ਲੱਗੇ ਹੋਏ ਆ ਔਰ ਮੈਂ ਵੇਖ ਰਿਹਾ ਗੋਦੀਆਂ 'ਚ ਬਾਲ ਲੈ ਕੇ ਮਾਵਾਂ ਬੈਠੀਆਂ ਇਹਨਾਂ ਨੂੰ ਪਾਲਿਸ਼ ਕਰ ਲਓ ਰੱਜ ਕੇ ਇਹ ਭਵਿੱਖ ਨੇ ਕੌਮ ਦਾ ਇਹਨਾਂ ਨੂੰ ਰੱਜ ਕੇ ਨਿਖਾਰ ਲਓ ਇਹਨਾਂ ਦੇ ਚਿਹਰਿਆਂ ਵਿੱਚੋਂ ਉਡੀਕ ਰਹੇ ਨੇ ਕਲਗੀਧਰ ਪਿਤਾ ਕਹਿੰਦੇ ਮੈਂ ਜ਼ੋਰਾਵਰ ਸਿੰਘ ਫਤਿਹ ਸਿੰਘ ਵੇਖਣੇ ਇਹਨਾਂ ਦੇ ਚਿਹਰਿਆਂ 'ਚ ਔਰ ਤੁਹਾਡੀ ਜ਼ਿੰਮੇਵਾਰੀ ਹੈ ਭੈਣੋ ਸ਼ਾਮ 'ਤੇ ਬੈਠੇ ਹੋ ਤੁਸੀਂ ਅਜੇ ਬੈਠਣਾ ਮੇਰੇ ਵੱਡੇ ਵੀਰ ਜਿਹੜੇ ਪਿਆਰ ਬਣ ਕੇ ਘੁਲ ਜਾਂਦੇ ਆ ਜਿਵੇਂ ਬਰਫ਼ ਪਿਘਲ ਕੇ ਵਹਿ ਤੁਰਦੀ ਹੈ ਨਾ ਇੱਦਾਂ ਦੀ ਲਿਖਣੀ ਆ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਹੋਰਾਂ ਦੀ ਅਤੇ ਅਸੀਂ ਬਾਹਰ ਸੀ ਉੱਥੇ ਬੈਠੇ ਅਸੀਂ ਕਈ 10 ਕੁ ਦਿਨ ਇਕੱਠੇ ਰਹੇ ਬਹੁਤ ਕੁਝ ਇਹਨਾਂ ਨੇ ਸੁਣਾਇਆ ਮੈਨੂੰ ਉਹ ਤੁਹਾਨੂੰ ਸਾਰਾ ਕੁਝ ਸੁਣਾਉਣਾ ਹੈ ਅਤੇ ਵੇਖੋ ਇਸ਼ਕ ਹੁੰਦਾ ਨਾ ਉੱਥੇ ਸਫ਼ਰੇ ਸ਼ਹਾਦਤ ਹੀ ਸੀ UK ਦੇ ਵਿੱਚ ਪਰ ਇੱਕ ਇਸ਼ਕ ਸੀ ਕਹਿੰਦੇ ਵੀ ਮੇਰਾ ਜੀ ਕਰਦਾ ਇਹ ਜਿਹੜੀਆਂ ਸਾਰੀਆਂ ਲਿਖੀਆਂ ਨੇ ਨਾ ਨਜ਼ਮਾਂ ਗੀਤ ਇਹ ਉੱਥੇ ਜਾ ਕੇ ਬਾਬਿਆਂ ਦੇ ਚਰਨਾਂ 'ਚ ਬੈਠ ਕੇ ਸੁਣਾਉਣੀ ਹੈ ਇਹ ਇੱਕ ਇਸ਼ਕ ਹੁੰਦਾ ਹਰ ਥਾਂ 'ਤੇ ਗੁਰੂ ਵਿਆਪਕ ਹੈ ਹਰ ਥਾਂ 'ਤੇ ਸੰਗਤ ਇੱਕ ਸਮਾਨ ਹੈ ਪਰ ਅੰਦਰ ਦੀ ਧੂਹ ਕਹਿੰਦੀ ਹੈ ਵੀ ਇਹ ਜਿਹੜੀ ਮਿੱਟੀ ਹੈ ਨਾ ਇਹਦੀ ਆਬੋ ਹਵਾ ਵੱਖਰੀ ਹੈ ਜੀ ਵੱਖਰੀ ਹੈ ਸੋ ਤੁਸੀਂ ਬੜੇ ਪ੍ਰੇਮ ਵਿੱਚ ਚੌਂਕੜੇ ਲਾਏ ਆ ਔਰ ਉਹ ਬੜੇ ਰੰਗ ਵਿੱਚ ਬਾਤਾਂ ਸੁਣਨੀਆਂ ਤੁਸੀਂ ਭਾਈ ਸਾਹਿਬ ਜੀ ਕੋਲੋਂ ਮੈਂ ਤਾਂ ਐਵੇਂ ਵਿੱਚ 2 ਗੱਲਾਂ ਕਰਨ ਵਾਸਤੇ ਬੈਠ ਗਿਆ ਤੁਹਾਡੇ ਸਾਰਿਆਂ ਕੋਲੋਂ ਸਮਾਂ ਮੰਗ ਕੇ ਵੀਰ ਜੀ ਕੋਲੋਂ ਸਮਾਂ ਮੰਗ ਕੇ ਤਾਂ ਇੱਕ ਵਾਰ ਆਓ ਅਸੀਂ ਸਾਂਝੀ ਕਰੋ ਪਿਆਰ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇੱਕ ਬੇਨਤੀ ਹੈ ਤੁਸੀਂ ਲਗਾਤਾਰ ਸਮਾਗਮਾਂ ਨਾਲ ਜੁੜੇ ਹੋਏ ਹੋ ਸਿੱਖ ਕੌਮ ਦੇ ਸ਼੍ਰੋਮਣੀ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਹੋਰਾਂ ਨੇ ਪਿਛਲੇ ਦਿਨ ਚੰਗੀਆਂ ਸ਼ੈਬਰਾਂ ਲਾਈਆਂ ਹਰ ਵਿਦਵਾਨ ਜਦੋਂ ਬੋਲੇਗਾ ਸਾਹਿਬਜ਼ਾਦਿਆਂ ਦੀ ਬਾਤ ਤਾਂ ਉਹ ਜ਼ੁਬਾਨ ਉਧਾਰੀ ਮੰਗਦਾ ਜਦੋਂ ਸਾਹਿਬਜ਼ਾਦਿਆਂ ਦੀ ਬਾਤ ਕਰੇਗਾ ਨਾ ਦੁਨੀਆਂ ਦਾ ਕਿੰਨਾ ਵੱਡਾ ਵਿਦਵਾਨ ਸਾਡੇ ਸਿਰਮੋਰ ਵਿਦਵਾਨ ਭਾਈ ਸਾਹਿਬ ਜੀ ਪਰ ਜ਼ੁਬਾਨ ਉਧਾਰੀ ਮੰਗਣੀ ਪੈਂਦੀ ਹੈ ਉਸ ਮੁਸਲਮਾਨ ਦਰਵੇਸ਼ ਅੱਲਾ ਯਾਰ ਖਾਂ ਜੋਗੀ ਕੋਲੋਂ ਵੀ ਤੂੰ ਆਪਣੀ ਜ਼ੁਬਾਨ ਦੇ ਅਸੀਂ ਤੇਰੀ ਜ਼ੁਬਾਨ ਦੇ ਨਾਲ ਸਿਫਤ ਕਰੀਏ ਸਾਧ ਸੰਗਤ ਜਦੋਂ ਸੁਰਤ ਦੇ ਟਿਕਾ ਦੀ ਇੱਕ ਸਤਾ ਆ ਜਾਂਦੀ ਹੈ ਨਾ ਧਿਆਨ ਨਾਲ ਤਵੱਜੋ ਦਿਓ ਪੂਰੀ ਜਦੋਂ ਸੁਰਤ ਦੇ ਟਿਕਾ ਦੀ ਇੱਕ ਸਤਾ ਆ ਜਾਂਦੀ ਹੈ ਅਤੇ ਫਿਰ ਸਦੀਆਂ ਦੀਆਂ ਵਿੱਥਾਂ ਮੁੱਕ ਜਾਂਦੀਆਂ ਨੇ ਉਸ ਘੜੀ ਨੂੰ ਸਿੱਖ ਸੁਣਦਾ ਅਤੇ ਸੁਣਾਉਂਦਾ ਨਹੀਂ ਬਲਕਿ ਉਸ ਘੜੀ ਨੂੰ ਜਿਉਂਦਾ ਬੇਨਤੀ ਨੂੰ ਸਮਝ ਲਿਓ ਚੰਗੀ ਤਰ੍ਹਾਂ ਜਦੋਂ ਸੁਰਤ ਦੇ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰ ਰਿਹਾ ਸਾਡੀ ਬਿਰਤੀ 'ਚੋਂ ਖਲਾ ਮੁੱਕ ਜਾਏ ਇੱਕ ਰਸ ਵੇਖਿਓ ਕਿੱਦਾਂ ਦਾ ਬਣ ਪੜੋ ਮੈਂ ਫਿਰ ਸ਼ਬਦ ਦੁਹਰਾ ਰਿਹਾ ਜਦੋਂ ਸੁਰਤ ਦੇ ਟਿਕਾਵਾ ਦੀ ਇੰਤਹਾ ਹੋ ਜਾਂਦੀ ਹੈ ਉਹ ਸਤਾ ਆ ਜਾਂਦੀ ਹੈ ਉੱਥੋਂ 200 ਵਰੇ ਦੀ ਗੱਲ 300 ਵਰੇ ਦੀ ਗੱਲ ਫਿਰ ਨਾ ਸੁਣਾਉਣ ਵਾਲਾ ਰਹਿੰਦਾ ਨਾ ਸੁਣਨ ਵਾਲਾ ਰਹਿੰਦਾ ਬਲਕਿ ਇੱਕ ਫਿਜ਼ਾ ਬਣਦੀ ਹੈ ਇੱਕ ਆਬੋ ਹਵਾ ਬਣਦੀ ਹੈ
कि असी उस घड़ी विच अपने आप नू खड़ा महसूस करते हो। और यकीनन जदों तुसी उस दरवेश नू जिहदे कोलों असी जुबान उधारी मंगदे हां अल्लाह यार खान जोगी, जदों असी उस दरवेश नू सुणदे हां ते वो ये नहीं कहिंदा भी होया सी, वो कहिंदा हो रहा है। वो पास्ट की गल नहीं करता, उहदी लिखणी यह बयान करती है कि मैं वेख रहा ते गुरु गोबिंद सिंह महाराज जी इदां बैठे ने, मैं वेख रहा गुरु गोबिंद सिंह महाराज जी इदां तुरे ने, मैं वेख रहा गुरु गोबिंद सिंह जी महाराज सरसा ते इदां पहुंचे ने, क्योंकि वह सैकड़ियां सालां की बिथ मुका के एट प्रेजेंट उत्थे पहुंच जांदा है ते एक पात्र बन जांदा है। वह सुना नहीं रहा, सुन नहीं रहा, बल्कि जीऊ रहा है। असी इतिहास में जीना है, उस सतह ते पहुंचना है कि असी, मैं तो यह बेनती करता हूं भी ये सफर जड़ा है ना, असी मुसाफर बनना, स्रोते नहीं बनना। स्रोते की वो सतह मिल जाए कि असी सुनाते सुनाते सुनते सुनते हम राह बनना, हम सफर बनना, असी मुसाफर बनना है, तो सारा कुछ महसूस करिए भी असी नाल हंडा रहे हैं। ये सीत देर रात तक इतने बैठन का, मैनू वीर जी भी कहें दूरों आते ने, इन्हों के नाल संगत बहुत आती है। हुण भी सिंह आए जलंधर तो, दूर तो गुरदासपुर तो संगत अप डाउन कर रही, बठिंडे तो संगत आती होंगी, मोगे तो जगराओं तो। बड़ी बारी सिंह कहें भी दिने रख लिया करो, मौसम ठीक हुंदा, धुप चढ़ी हुंदी है, वेखो हठ नहीं कोई, रात तो कट्टीए ना, पूरी नहीं तो अद्धी तो कट्टीए ना, चार रातां ते समर्पित कर दिए ना उन्होंने जिन्हां ने जिंदगी समर्पित की, जिन्हां ने सुख समर्पित किए, बिस्तरिया के निग समर्पित किए, महल माड़िया समर्पित कीतियां, घर बार समर्पित किया, अपनी सारी जिंदगी की सुख सुविधा समर्पित की, यह समझ लो भी चार रातां समर्पित ने, बस नहीं सुता जाता ना सुता जाए। मां कि सुती सी इतने कितने नींद आती है कि दरिया के कंधे हड्डा नूं चीरदी ठंड सी, ते उपरों वेखो सानू ते कहना ही पएगा ना, अपनी दृष्टि नाल वेखांगे, वो ते विपता च नहीं, पर असीं अपने आप दा एहसास करांगे, पुत किते है, पोते किते ने, नूहां किते ने, घर छड्ड आए ने, किथे जाना है, मुकाम कोई नहीं, नींद किथे आई होनी है साध संगत, भुल जाइए ना नींद नूं। श्री आनंदपुर साहब छड़िया, श्री आनंदपुर साहब सिखां दा दिल धड़कदा, उत्थे घर है खालसा पंथ दा, ते मेरे सतगुरु जी घर छड़, जदों छड़दे बड़ी छेती, महाराज त्यागन लग्गिया ते छेना लाउंदे आ ना, पटना साहब छड़दे ने कोई मोह नहीं, आनंदपुर साहब छड़दे ने कोई मोह नहीं, पौंटा साहब छड़दे ने कोई मोह नहीं, चमकौर की गढ़ी छड़दे ने कोई मोह नहीं, दमदमा साहब छड़दे ने, दीना कांगड़ छड़दे ने, छड़दे ही तुरे जाते हैं महाराज, इदां ते पकड़ ते है ही नहीं किते, सब कुछ लुटा रहे ने, सब कुछ लुटा रहे। आनंदा की पुरी की तो व्याख्या ही नहीं की जा सकती ना, एक अवस्था है आनंदा की पुरी, वो ना शब्द है ना कंधा कोठे हैं, वो एक अवस्था है सात संगत, तो उतों खालसा पंथ गुरु की अगवाई च तुरता है। बीती रात छे पो दी रात असी नाल चल रहे हैं, उही रात उस जगह इनू अपने इत्थे सुरत तो इत्थों तक लैके जायो, उही रात उही जगह उही कदम उही पैड़ा उही मिट्टी दे जर्रे उही बिखड़ा रस्ता, एक एक कदम पुट्टिए साथ संगत जी। आनंदपुर साहब की तो बात वक्री है, उत्थों दियां गलियां दे कक्ख, मैं पहला बेनती की सी वो भैणा बड़े किदां दी खिच होएगी, बॉम्बे तो चल के आई हैं, तो वो अपना ही उन्हां दा ढंग सी प्यार दा, एक रवा गईयां वो दो गल्लां कह के, तो मैं बेनती की तुहाडे चरणां च गलियां दे कक्ख भी वैरागी होए होणगे, मेरे आ सतगुरा तेरे अंदर तो मोह नज़र ही नहीं आउंदा, पर साडा ते दिल लर जांदा है, साडा ते कालसा कंबण लग पैंदा, पातशाह तेरे जिगर दे टुकड़े विछड़ गए,
ਤੂੰ ਆਨੰਦਾਂ ਦੀ ਪੁਰੀ ਤੋਂ ਰੁਖਸਤ ਹੋਇਆ, ਤੂੰ ਪਿਤਾ ਦੇ ਸੀਸ ਵਾਲੀ ਸਥਾਨ ਸੀਸ ਗੰਜ ਸਾਹਿਬ ਗਿਆ, ਨਮਸਕਾਰ ਕੀਤੀ, ਅਰਦਾਸ ਕੀਤੀ, ਸਿੱਖਾਂ ਨਾਲ ਬਚਨ ਕੀਤਾ। ਮੇਰੇ ਪਿਆਰੇ ਸਿੱਖੋ, ਕੋਈ ਸਿੱਖ ਇੱਥੇ ਰਹਿ ਕੇ ਸੇਵਾ ਕਰੇਗਾ? ਅਤੇ ਭਾਈ ਗੁਰਬਖਸ਼ ਜੀ ਨੇ ਝੋਲੀ ਅੱਡ ਕੇ ਸੇਵਾ ਝੋਲੀ 'ਚ ਪਵਾ ਕੇ ਕਿਹਾ, ਮਹਾਰਾਜ ਤੁਸੀਂ ਮੌਤ ਦੇ ਮੂੰਹ ਵਿੱਚ ਵੀ ਕਹੋਗੇ ਮੈਂ ਹਾਜ਼ਰ ਹਾਂ, ਪਰ ਇੱਕ ਇਲਤਜਾ ਹੈ, ਇੱਕ ਗੁਜ਼ਾਰਿਸ਼ ਹੈ। ਸਤਿਗੁਰ ਜੀ, ਜਿਵੇਂ ਸਰੀਰ 'ਚੋਂ ਰੂਹ ਨਿਕਲ ਜਾਏ ਅਤੇ ਬੁੱਤ ਕਿਸੇ ਕੰਮ ਦਾ ਨਹੀਂ, ਮੈਂ ਰਵਾਂਗਾ ਜਿੱਥੇ ਕਹੋਗੇ, ਪਰ ਤੁਹਾਡੇ ਤੋਂ ਬਿਨਾਂ ਮੈਂ ਜੀਵਾਂਗਾ ਕਿਵੇਂ? ਅਤੇ ਸਿੱਖੋ ਸਾਹਿਬ ਨੇ ਕਿਹਾ ਸੀ, ਪ੍ਰੇਮ 'ਚ ਭਿੱਜ ਕੇ ਪੜ੍ਹੀ ਕਿ ਜ਼ਾਹਰ ਜ਼ਹੂਰ ਹੈ, ਕਹਿਓ ਨਾ ਗੱਜ ਕੇ, ਜ਼ਾਹਰ ਜ਼ਹੂਰ ਹੈ, ਕਦੀ ਜੁਦਾ ਨਹੀਂ ਹੋਵਾਂਗਾ ਤੇਰੇ ਤੋਂ। ਭੁੱਲੇ ਨਾ ਸਤਿਗੁਰ ਜੀ ਦਾ ਇਹ ਬਚਨ ਸਾਨੂੰ ਸਾਧ ਸੰਗਤ, ਸਦਾ ਅੰਗ ਸੰਗੇ ਅਪੰਗੰਗ ਬਿਪੂਤੇ। ਕਾਫਲਾ ਤੁਰ ਪਿਆ ਛੇ ਪੋਹ ਦੀ ਰਾਤ, ਅਤੇ ਜਿਸ ਸੁਰਤ ਨਾਲ ਜੋਗੀ ਜੀ ਵੇਖਦੇ ਉਹ ਸਮੇਂ ਦਾ ਅੰਦਾਜ਼ਾ ਦੱਸਦੇ ਨੇ ਕਿ ਤਾਰੋਂ ਕੀ ਛਾਓਂ ਮੇਂ ਕਿਲੇ ਸੇ ਸਤਿਗੁਰ ਰਵਾਂ ਹੂਏ, ਕਸ ਕੇ ਕਮਰ ਸਾਰੇ ਅਸਵਾਰ ਜਵਾਂ ਹੂਏ, ਕੁਛ ਆਗੇ ਲੇ ਨਿਸ਼ਾਨ ਸ਼ੇਰੇ ਜ਼ਿਆਂ ਹੂਏ, ਕੁਛ ਪੀਛੇ ਜਾਣ ਨਿਸਾਰ ਸਤਿਗੁਰ ਦਰਮਿਆਂ ਹੂਏ। ਇੱਦਾਂ ਦਾ ਨਕਸ਼ਾ ਵੇਖੋ। ਮੇਰੇ ਵੀ ਨਾ ਇੱਕ ਮਨ ਵਿੱਚ ਆਇਆ ਸੀ ਖਿਆਲ ਕਿ ਇਹ ਗੱਲਾਂ ਤੁਸੀਂ ਸੁਣਦੇ ਹੋ ਹਰ ਸਾਲ, ਅਤੇ ਮੈਨੂੰ ਇੱਕ ਨੌਜਵਾਨ ਬੱਚਾ ਸੀ, ਪਤਾ ਨਹੀਂ ਕਿੰਨਾ ਖਬਰਾਗ ਦਾ ਭਰਿਆ ਹੋਇਆ ਸੀ, ਮੇਰੇ ਵੱਲ ਵੇਖਿਆ ਫਤਿਹਗੜ੍ਹ ਸਾਹਿਬ, ਉਹ ਦੂਰੋਂ ਹੀ ਮੈਂ ਵੇਖਿਆ ਵੀ ਬੰਦੇ ਦੀ ਹਾਲਤ ਠੀਕ ਨਹੀਂ ਹੈ। ਮੈਂ ਜਦੋਂ ਉਹਦੇ ਹਾਵ ਭਾਵ ਵੇਖੇ ਨਾ, ਅਤੇ ਉਹ ਦੂਰੋਂ ਜਿਵੇਂ ਉੱਲਰ ਕੇ ਆਇਆ ਅਤੇ ਧਾ ਕੇ ਗਲਵੱਕੜੀ ਪਾ ਕੇ ਭੱਬਾਂ ਮਾਰ ਮਾਰ ਰੋਇਆ। ਮੈਂ ਦੌਰ ਭੌਰ ਹੋਇਆ ਖੜ੍ਹਾ ਰਿਹਾ, ਅਤੇ ਉਹਨੇ ਇੱਕੋ ਗੱਲ ਕਹੀ, ਕਹਿਣ ਲੱਗੇ ਰੋਜ਼ ਸੁਣਾਇਆ ਕਰੋ, ਇੱਕੋ ਹੀ ਗੱਲ ਸੁਣਾਇਆ ਕਰੋ, ਬਸ ਮੇਰੇ ਦਸ਼ਮੇਸ਼ ਦੀ ਬਾਤ ਸੁਣਾਇਆ ਕਰੋ। ਅਤੇ ਮੈਨੂੰ ਐਂ ਲੱਗਿਆ ਵੀ ਹੁਣ ਚਿੰਤਾ ਦੀ ਲੋੜ ਨਹੀਂ, ਵੀ ਬਾਰ ਬਾਰ ਕਿਉਂ, ਮੇਰਾ ਗੁਰੂ ਵੀ ਕਹਿੰਦਾ ਬਾਰ ਬਾਰ ਜਾ। ਸਾਹਿਬ ਜਦੋਂ ਤੁਰੇ ਸੀ ਨਾ ਆਨੰਦਪੁਰ ਸਾਹਿਬ ਤੋਂ, ਜੋਗੀ ਜੀ ਕਹਿੰਦੇ ਉਹਨਾਂ ਦੀ ਸੁਰਤ ਨੇ ਵੇਖਿਆ, ਵਿਸ਼ਵਾਸ ਕਰ ਲਈਏ ਕਿਉਂਕਿ ਉਹਨੇ ਬੜੇ ਫਿਰਕੂ ਲੋਕਾਂ ਦੇ ਤਾਨੇ ਮਿਹਣੇ ਦੁੱਖੜੇ ਝੱਲੇ ਸੀ ਆਪਣੇ ਪਿੰਡੇ ਦੇ, ਅਸੀਂ ਇੱਥੇ ਦਿਲ ਵਿੱਚ ਉਹਦਾ ਸਤਿਕਾਰ ਕਰੀਏ। ਦਿਲ 'ਚ ਅੱਲਾ ਯਾਰ ਖਾਂ ਜੋਗੀ ਉਹਨੂੰ ਕਹਿੰਦੇ ਸੀ, ਇਹ ਕਾਫਰ ਹੋ ਗਿਆ, ਇਹਨੂੰ ਅਸੀਂ ਕੱਢ ਦਿੱਤਾ ਧਰਮ 'ਚੋਂ, ਇਹਨੂੰ ਅਸੀਂ ਸਮਾਜ ਵਿੱਚ ਨਹੀਂ ਰਲਾਉਣਾ, ਬਰਾਦਰੀ 'ਚ ਨਹੀਂ ਰਲਾਉਣਾ, ਤੈਨੂੰ ਬਹਿਸ਼ਤ ਨਹੀਂ ਮਿਲਣਾ। ਮੁਤਸਬੀ ਕਹਿੰਦੇ ਸੀ, ਉਹ ਕਹਿੰਦਾ ਅਰਬਾਂ ਕਰੋੜ ਖਰਬਾਂ ਬਹਿਸ਼ਤ ਮੈਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੋਂ ਕੁਰਬਾਨ ਕਰ ਸਕਦਾ। ਉਹਨੇ ਆਖਰੀ ਸਾਹ ਅਨਾਰਕਲੀ ਬਾਜ਼ਾਰ ਲਾਹੌਰ ਦੇ ਅੰਦਰ ਲੈਂਦਿਆਂ ਕਿਹਾ ਸੀ, ਜਾਓ ਮੈਨੂੰ ਬਹਿਸ਼ਤ ਨਾ ਦਿਓ ਤਰਸ ਕਰਕੇ, ਲਾਲਚ ਨਾ ਦਿਖਾਓ। ਕਹਿੰਦੇ ਤੇਰਾ ਕੌਣ ਜਾਮਨ ਬਣੇਗਾ ਰੱਬੀ ਦਰਗਾਹ ਵਿੱਚ? ਕਹਿੰਦੇ ਮੈਨੂੰ ਜਾਮਨ ਦੀ ਲੋੜ ਹੀ ਨਹੀਂ, ਦਰਗਾਹ ਦੇ ਲੇਖੇ ਹੀ ਨਹੀਂ ਮੈਂ ਦਿਆਂਗਾ, ਕਿਉਂਕਿ ਮੈਂ ਦਰਗਾਹ ਵਾਲੇ ਪਾਸੇ ਨਹੀਂ ਜਾਣਾ, ਮੈਨੂੰ ਜਿਉਂਦੇ ਜੀ ਦਸ਼ਮੇਸ਼ ਜੀ ਦੇ ਚਰਨਾਂ 'ਚ ਜਗ੍ਹਾ ਮਿਲੀ। ਉਹਨੂੰ ਇੱਥੇ ਵਸਾਈਏ ਸਾਸ ਸੰਗਤ, ਉਹਦੀਆਂ ਅੱਖਾਂ ਨਾਲ ਮੈਂ ਵੇਖਦਾ, ਤਾਰੋਂ ਕੀ ਛਾਓਂ ਮੇਂ ਕਿਲੇ ਸੇ ਸਤਿਗੁਰ ਰਵਾਂ ਹੂਏ, ਕਸ ਕੇ ਕਮਰ ਸਵਾਰ ਸਾਰੇ ਜਵਾਂ ਹੂਏ, ਕੁਛ ਆਗੇ ਲੇ ਨਿਸ਼ਾਨ ਸ਼ੇਰੇ ਜਿਹਾਂ ਹੂਏ, ਕੁਛ ਪੀਛੇ ਜਾਣ ਨਿਸਾਰ ਜਾਨਾਂ ਵਾਰਨ ਵਾਲੇ ਜਾਣ ਨਿਸਾਰ ਮਤਲਬ ਸਤਿਗੁਰ ਦਰਮਿਆਂ ਹੂਏ, ਚਾਰੋਂ ਪਿਸਰ ਹਜ਼ੂਰ ਕੇ। ਹਾਂ, ਪਿਛਲੀ ਰਾਤ ਤੱਕ, ਇਸ ਦਿਨ ਦੇ ਅੰਮ੍ਰਿਤ ਵੇਲੇ ਤੱਕ, ਪਿਸਰ ਦਾ ਮਤਲਬ ਜਿਗਰ ਦੇ ਟੁਕੜੇ ਮੇਰੇ ਸਤਿਗੁਰ ਦੇ ਲਾਲ, ਚਾਰੋਂ ਪਿਸਰ ਹਜ਼ੂਰ ਕੇ ਹਮਰਾਹ ਸਫ਼ਰ ਤੇ, ਹਮਰਾਹ ਨਾਲ ਇਕੱਠੇ ਇਕੱਠੇ ਚੱਲ ਰਹੇ ਨੇ, ਪਿਆਰ ਰੱਤੀਆਂ ਹੋਈਆਂ ਰੂਹਾਂ, ਫਤਿਹ ਸਿੰਘ ਜੋਰਾਵਰ ਸਿੰਘ ਅਜੀਤ ਔਰ ਜਜ਼ਾਰ ਤੇ ਚੱਲ ਪਏ ਸਤਿਗੁਰੂ ਸ਼੍ਰੀ ਅਨੰਦਪੁਰ ਸਾਹਿਬ ਤੋਂ। ਮੇਰਾ ਸਤਿਗੁਰੂ ਮੋਹ ਤੋਂ ਮੁਕਤ ਹੈ, ਪਰ ਉਹ ਗਲੀਆਂ ਦੇ ਕੱਖ ਵੀ ਸਾਹਿਬ ਨੂੰ ਕਿਵੇਂ ਪ੍ਰੇਮ 'ਚ ਯਾਦ ਕਰ ਰਹੇ, ਦੋ ਅੱਖਰ ਸੁਣਿਓ। ਅਨੰਦਪੁਰ ਦੀਆਂ ਗਲੀਆਂ ਅਨੰਦਪੁਰ ਦੀਆਂ ਗਲੀਆਂ ਚੋਂ ਅਜਵਾ
ਹੈ ਰੋਂਦੇ ਪੈਸੀ ਕੱਖ ਗਲੀਆਂ ਦੇ ਰੋਂਦੇ ਪੈਸੀ ਕੱਖ ਗਲੀਆਂ ਦੇ ਨਾ ਛੱਡ ਕੇ ਜਾਵੀ ਮਾਹੀ ਅਨੰਦਪੁਰ ਦੀਆਂ ਗਲੀਆਂ ਚੋ ਅੱਜ ਬਾਜ ਰੋਣ ਦੀ ਆਈ। ਸਤਸੰਗਤ, ਮੇਰੇ ਕਲਗੀਧਰ ਪਿਤਾ ਨਾਲ ਕੁਦਰਤ ਗੱਲਾਂ ਕਰਦੀ ਹੈ। ਪਸ਼ੂ ਪਰਿੰਦੇ ਕੱਖਾਂ ਗਲੀਆਂ ਦੇ ਕੱਖ ਪ੍ਰਕਿਰਤੀ ਗੱਲਾਂ ਕਰਦੀ ਮੇਰੇ ਕਲਗੀਧਰ ਪਿਤਾ ਨਾਲ, ਕਿਉਂਕਿ ਉਹ ਸਾਰੀ ਮਾਨਵਤਾ ਸਾਰੀ ਕਾਇਨਾਤ ਨੂੰ ਪਿਆਰ ਕਲਾਵੇ 'ਚ ਲੈਣ ਦੀ ਸਮਰੱਥਾ ਰੱਖਦੇ ਨੇ ਮੇਰੇ ਦਸ਼ਮੇਸ਼ ਪਿਤਾ। ਕਦੀ ਪੀਰ ਬੁੱਧੂ ਸ਼ਾਹ ਨੂੰ ਪੁੱਛਿਓ, ਕਦੀ ਸੱਯਦ ਖਾਨ ਨੂੰ ਪੁੱਛਿਓ, ਕਦੀ ਸੈਦ ਬੇਗ ਨੂੰ ਪੁੱਛਿਓ, ਕਦੀ ਮੈਮਨ ਖਾਨ ਨੂੰ ਪੁੱਛਿਓ, ਜਿਹੜੇ ਮੇਰੇ ਸਾਹਿਬ ਦੇ ਚਰਨਾਂ ਤੋਂ ਜ਼ਿੰਦਗੀ ਕੁਰਬਾਨ ਕਰ ਰਹੇ ਆ। ਕਦੀ ਰਹੀਮ ਬਖਸ਼ ਕਰੀਮ ਬਖਸ਼ ਨੂੰ ਪੁੱਛ ਕੇ ਵੇਖੋ, ਕਦੀ ਪੰਡਿਤ ਸ਼ਿਵਦੱਤ ਨੂੰ ਪੁੱਛਿਓ, ਉਹ ਭਾਗਾਂ ਵਾਲਿਓ, ਕਦੀ ਗੁਰੂ ਤੋਂ ਜ਼ਿੰਦਗੀ ਘੋਲ ਘੁਮਾਉਣ ਵਾਲੇ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਨੂੰ ਪੁੱਛਿਓ, ਅਤੇ ਉਹਦੀ ਬੇਗਮ ਨਸੀਰਾਂ ਨੂੰ ਪੁੱਛਿਓ, ਜਿਹੜੀ ਦਿਲ ਦੇ ਟੁਕੜੇ ਗੁਰੂ ਤੋਂ ਨਿਸ਼ਾਵਰ ਕਰਦੇ। ਮੇਰਾ ਸਤਿਗੁਰੂ ਪ੍ਰੇਮ ਦਾ ਸਮੁੰਦਰ, ਮੈਂ ਇੱਕ ਬੇਨਤੀ ਇੱਥੇ ਕਰਨੀ ਚਾਹੁੰਦਾ ਤੁਹਾਡੇ ਚਰਨਾਂ 'ਚ, ਹੱਥ ਜੋੜ ਕੇ ਬੇਨਤੀ ਹੈ ਸਾਰੇ ਪੰਥ ਨੂੰ। ਮੀਡੀਏ ਦੇ ਰਾਹੀਂ ਇੱਕ ਵੀਡੀਓ ਵਾਇਰਲ ਹੋਈ ਹੈ ਕੱਲ੍ਹ ਦੀ, ਕਿ ਸ਼੍ਰੀ ਫਤਿਹਗੜ੍ਹ ਸਾਹਿਬ ਟਰੈਕਟਰ ਉੱਤੇ ਕੁਝ ਨੌਜਵਾਨ ਆ ਰਹੇ ਸੀ, ਸਿਰ 'ਤੇ ਰੁਮਾਲ ਬੰਨੇ, ਡੈੱਕ ਲਾਇਆ ਉੱਚੀ, ਅਤੇ ਉਹਨਾਂ ਨੂੰ ਕੁਝ ਦੁਮਾਲਿਆਂ ਵਾਲੇ ਸਿੰਘ ਕੁੱਟ ਰਹੇ ਨੇ ਵੀ ਤੁਸੀਂ ਗੀਤ ਕਿਉਂ ਵਜਾਏ, ਤੁਸੀਂ ਨੱਚੇ ਕਿਉਂ। ਮੇਰੀ ਹੱਥ ਬੰਨ ਕੇ ਬੇਨਤੀ ਹੈ, ਪਿਆਰ ਕਲਾਵੇ 'ਚ ਲੈਣ ਦੀ ਜਾਤ ਸਿੱਖੀਏ, ਇਹ ਮਾਰ ਕੁਟਾਈ ਛੱਡ ਦਿਓ, ਰੱਬ ਦਾ ਵਾਸਤਾ ਗੁਰੂ ਦਾ ਵਾਸਤਾ ਪਾ ਕੇ ਕਹਿੰਦਾ। ਆਏ ਤਾਂ ਹੈਗੇ ਆ ਨਾ, ਹੁਣ ਆਇਆਂ ਨੂੰ ਅਸੀਂ ਦੱਸ ਲਈਏ ਗਲਵੱਕੜੀ 'ਚ ਲੈ ਕੇ ਕਿ ਵੀਰੋ ਆਓ ਵਿਰਾਗ ਨਾਲ ਇਕੱਠੇ ਹੋ ਕੇ ਬੈਠੀਏ, ਅਸੀਂ ਯਾਦ ਕਰੀਏ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਔਰੰਗਜ਼ੇਬੀ ਤਰੀਕੇ ਨਾਲ ਸਿੱਖੀ ਦਾ ਪ੍ਰਚਾਰ ਨਾ ਕਰੀਏ, ਹੱਥ ਬੰਨ ਕੇ ਵਾਸਤਾ ਹੈ ਗੁਰੂ ਦਾ, ਸਿੱਖ ਲਈਏ ਕਿ ਜਿਨ ਪ੍ਰੇਮ ਕੀਓ। ਉਹ ਪ੍ਰਕਿਰਤੀ ਨੂੰ ਪਿਆਰ ਕਰਦੇ ਤੇ ਪੱਤਾ ਪੱਤਾ ਕਹਿੰਦਾ, ਮੇਰੇ ਕਲਗੀਆਂ ਵਾਲੇ ਸਾਈਆਂ ਤੇਰੇ ਕਦੋਂ ਦੀਦਾਰ ਹੋਣਗੇ ਜੀ। ਕਿਉਂ ਲੈ ਚੱਲਿਆ ਨਾਲੇ ਸਾਈਆਂ ਵੀਰੇ ਜੀਤ ਜੁਦਾਰ ਨੂੰ, ਸੁਣਿਆ ਕਿਉਂ ਕਰ ਚੱਲਿਆ ਸੋਹਣੇ ਵਸਦੇ ਇਸ ਬਜ਼ਾਰ ਨੂੰ, ਹੈ ਸੁਣਿਆ ਕਿਉਂ ਕਰ ਚੱਲਿਆ ਸੋਹਣੇ ਵਸਦੇ ਇਸ ਬਜ਼ਾਰ ਨੂੰ, ਹੈ ਰੋ ਰੋ ਤਰਲੇ ਪਾਉਂਦੀ ਤੈਨੂੰ, ਰੋ ਰੋ ਤਰਲੇ ਪਾਉਂਦੀ ਤੈਨੂੰ ਅਨੰਦਪੁਰ ਦੀ ਧਰਤੀ ਮਾਈ, ਅਨੰਦਪੁਰ ਦੀਆਂ ਕੰਧਾਂ ਚੋਂ ਅੱਜ ਬਾਜ ਰੋਣ ਦੀ ਆਈ, ਅਨੰਦਪੁਰ ਦੀਆਂ ਕੰਧਾਂ ਚੋਂ ਅੱਜ ਬਾਜ ਰੋਣ ਦੀ ਆਈ। ਨਿੱਕੇ ਨਿੱਕੇ ਚਰਨਾਂ ਨਾਲ ਜਿਨ੍ਹਾਂ ਗਲੀਆਂ 'ਚ ਬਾਬਾ ਫਤਿਹ ਸਿੰਘ ਖੇਡੇ ਹੋਣਗੇ, ਵੀਰ ਜੀ ਨੇ ਇੱਕ ਗੀਤ ਲਿਖਿਆ ਸੀ, ਉਹਨਾਂ ਗਲੀਆਂ 'ਚ ਵੈਰੀ ਸੱਪ ਵਾਂਗੂ ਮੇਲਦਾ। ਉਹ ਧਰਤੀ ਦੀ ਹਿੱਕ ਉੱਤੇ ਜਦੋਂ ਦੁਸ਼ਮਣ ਦੇ ਕਦਮ ਪਏ ਹੋਣਗੇ, ਉਹ ਧਰਤੀ ਵੀ ਪਾਟ ਉੱਠੀ ਹੋਏਗੀ। ਇਹ ਪਾਕ ਚਰਨਾਂ ਨਾਲ ਨਿਵਾਜੀ ਹੋਈ ਮੇਰੀ ਸੱਜਰੀ ਮਾਂਗ, ਮੇਰੀ ਸੁੰਦਰ ਤਕਦੀਰ, ਮੇਰੀ ਪਵਿੱਤਰ ਗੋਦੀ, ਅਤੇ ਮੈਂ ਜ਼ਾਲਮਾਂ ਦਾ ਬੋਝ ਕਿਵੇਂ ਝੱਲਾਂ ਭਲਾ। ਜਿਨ੍ਹਾਂ ਧਰਤੀ ਦੇ ਉੱਤੇ ਚਾਰੇ ਸਾਹਿਬਜ਼ਾਦਿਆਂ ਦੇ ਹਾਸੇ ਗੂੰਜਦੇ ਸਨ, ਖੇਡਾਂ ਖੇਡਦੇ ਸਨ, ਲੁਕਣ ਮੀਚੀਆਂ ਖੇਡਦੇ ਸਨ, ਇਕੱਠੇ ਖਾਂਦੇ ਸੀ, ਬਹਿੰਦੇ ਸੀ, ਸੌਂਦੇ ਸੀ, ਜਦੋਂ ਉਸ ਧਰਤੀ ਤੋਂ ਮੇਰੇ ਸਾਹਿਬ ਦਾ ਇਹ ਕਾਫਲਾ ਤੁਰਿਆ, ਬਸ ਇਸੇ ਪੀੜਾ ਦਾ ਅਹਿਸਾਸ ਲੈ ਕੇ ਤੁਰਨਾ। ਉਹ ਧਰਤੀ ਫਰਿਆਦ ਜ਼ਰੂਰ ਕਰਦੀ ਜੀ,
ਜੋਰਾਵਰ ਤੇ ਫਤਿਹ ਸਿੰਘ ਦੀਆਂ ਜਦ ਜਾਦਾਂ ਚੇਤੇ ਆਉਣਗੀਆਂ, ਥਾਵਾਂ ਵੀ ਥਾਂ ਚੇਤੇ ਕਰਕੇ ਹੰਝੂ ਭਰ ਭਰ ਰੋਣਗੀਆਂ। ਇੱਕ ਵਾਰ ਫਿਰ ਜੋਰਾਵਰ ਤੇ ਫਤਿਹ ਸਿੰਘ ਦੀਆਂ ਜਦ ਜਾਦਾਂ ਚੇਤੇ ਆਉਣਗੀਆਂ, ਥਾਵਾਂ ਵੀ ਥਾਂ ਚੇਤੇ ਕਰਕੇ ਹੰਝੂ ਭਰ ਭਰ ਰੋਣਗੀਆਂ। ਫਤਿਹ ਸਿੰਘ ਨੂੰ ਚੁੱਕ ਕੇ ਗੋਦੀ, ਫਤਿਹ ਸਿੰਘ ਨੂੰ ਚੁੱਕ ਕੇ ਗੋਦੀ, ਨਾ ਦੱਸਣੀ ਗੁਜਰੀ ਮਾਈ ਅਨੰਦਪੁਰ ਦੀਆਂ ਗਲੀਆਂ ਚੋਂ ਅੱਜ ਵਾਜ ਰੋਣ ਦੀ ਆਈ, ਅਨੰਦਪੁਰ ਦੀਆਂ ਗਲੀਆਂ ਚੋਂ ਅੱਜ ਵਾਜ ਰੋਣ ਦੀ ਆਈ। ਭਾਈ ਚੱਪਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੇ ਖਡਾਵੇ ਹੈ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਪਿੱਠ 'ਤੇ ਬਿਠਾ ਲੈਂਦੇ, ਘੋੜਾ ਬਣ ਜਾਂਦੇ, ਗੋਡੇ ਟੇਕ ਕੇ ਬਹੁਤ ਲਾੜ ਲਡਾਉਂਦੇ ਸੀ। ਸਿੱਖ ਜਾਨਾਂ ਵਾਰਦੇ ਸੀ ਸਾਹਿਬਜ਼ਾਦਿਆਂ ਤੋਂ, ਉਹ ਮਿੱਟੀ ਦੇ ਅੰਦਰ ਖੁਸ਼ਬੂ ਰਲੀ ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਰ ਸਿੰਘ ਦੇ ਚਰਨਾਂ ਦੀ, ਜਿੱਥੇ ਕਦੀ ਮਾਂ ਦੀ ਗੋਦੀ ਵਿੱਚ ਬਾਬਾ ਫਤਿਹ ਸਿੰਘ ਖੇਲਦੇ ਸੀ, ਉਹ ਮਿੱਟੀ ਵੀ ਕੁਰਲਾਉਂਦੀ ਹੈ। ਬਸ ਫਿਰ ਆਣ ਪਹੁੰਚੇ ਸਤਿਗੁਰੂ ਸਰਸਾ ਨਦੀ ਕੇ ਪਾਸ। ਵੀਰਾਂ ਨੇ ਦਿਨੇ ਕਵਰ ਕੀਤਾ ਸੀ, ਥੋੜ੍ਹਾ ਜਿਹਾ ਸੰਗਤ ਨੂੰ ਦਿਖਾ ਦਿਓ। ਆਣ ਪਹੁੰਚੇ ਸਤਿਗੁਰੂ, ਜਿਹੜੇ ਵਿਦੇਸ਼ਾਂ 'ਚ ਬੈਠੇ ਸਿੱਖ ਨੇ ਨਾ, ਉਹ ਵੇਖਣ ਆ ਇੱਕ ਫਰਲਾਂਗ ਉੱਤੇ ਨਦੀ ਵਗਦੀ ਹੈ, ਸਰਸਾ ਅਤੇ ਸਤਲੁਜ ਦਾ ਸੰਗਮ। ਅਤੇ ਗੁਰਸਿੱਖੋ, ਜਦੋਂ ਪਾਣੀ ਦਾ ਵਹਾਅ ਵੱਧਦਾ ਨਾ ਹਰ ਵਰੇ, ਅਜ਼ਮਤ ਹੈ, ਭੈਣੋ ਧਿਆਨ ਦਿਓ। ਇੱਥੇ ਵਸਣ ਵਾਲੇ ਵਕੀਲ ਸਾਹਿਬ ਬਾਬਾ ਸੁਰਿੰਦਰ ਸਿੰਘ ਜੀ ਖਜੂਰ, ਸਾਰੇ ਪ੍ਰਬੰਧਕ ਬਹੁਤ ਪਿਆਰ ਵਾਲੀਆਂ ਰੂਹਾਂ ਨੇ। ਪਾਣੀ ਦਾ ਵਹਾਅ ਵੱਧਦਾ ਅਤੇ ਜਦੋਂ ਵੀ ਪਾਣੀ ਆਉਂਦਾ, ਮੇਰੇ ਸਾਹਿਬ ਦੇ ਲਾਲਾਂ ਨੇ ਜਿਸ ਧਰਤੀ ਦੇ ਉੱਤੇ ਚਰਨ ਪਾਏ ਸੀ ਨਾ, ਉਹਦੀ ਕਦਮ ਬੋਸੀ ਕਰਕੇ ਫਿਰ ਇਹ ਸਰਸਾ ਵਾਪਸ ਪਰਤ ਜਾਂਦਾ। ਜੇ ਪ੍ਰਤੀਤ ਕਰੀਏ ਨੇ ਨਾ, ਤੇ ਅਜ਼ਮਤਾਂ ਵਰਤਦੀਆਂ ਨੇ, ਵਰਤਦੀਆਂ ਗੁਰਮੁਖੋ, ਵਰਤਦੀਆਂ। ਨਾਸਿਕ ਤੋਂ ਅੱਗੇ ਰਾਮਨਗਰ ਇੱਕ ਸ਼ਹਿਰ ਹੈ, ਉੱਥੇ ਅੱਗੇ ਇੱਕ ਪਿੰਡ ਹੈ ਸ਼ਿਗਲੀਗਰ ਵਣਜਾਰੇ, ਸਿੱਖ ਉੱਥੇ ਬੜੇ, ਅਤੇ ਮੈਂ ਕਦੀ ਕਦੀ ਜਾਂਦਾ ਉਹਨਾਂ ਕੋਲ। ਪਹਿਲੀ ਗੱਲ ਤਾਂ ਉਹ ਬੱਚੇ ਨਿੱਕੇ ਨਿੱਕੇ ਜਵਾਨ ਧੀਆਂ ਮੁਟਿਆਰਾਂ ਬੱਚੀਆਂ, ਗਲਾਂ 'ਚ ਢੋਲਕੀਆਂ ਅਤੇ ਚੁਮਟੇ ਫੜ ਕੇ ਨਾ, ਜਦੋਂ ਜਿਵੇਂ ਕੋਈ ਵਿਛੜਿਆ ਭਰਾ ਆ ਗਿਆ ਹੋਵੇ, ਇੱਦਾਂ ਸ਼ਬਦ ਕੀਰਤਨ ਅੱਧਾ ਘੰਟਾ ਕਰਕੇ ਚਾਹ ਚੜਿਆ ਉਹਨਾਂ ਨੂੰ, ਅਤੇ ਜਿਵੇਂ ਸਾਰੇ ਬੱਚੇ ਆ ਕੇ ਚੰਬੜ ਗਏ। ਉਸ ਨਗਰ ਦੀ ਇੱਕ ਅਜ਼ਮਤ ਹੈ, ਥੋੜ੍ਹੇ ਸਿੱਖ ਨੇ, ਬਹੁਤੇ ਹਿੰਦੂ ਵੀਰ ਨੇ, ਮੁਸਲਮਾਨ ਵੀ ਨੇ, ਗੋਦਾਵਰੀ ਕੋਲੋਂ ਦੀ ਵਗਦੀ। ਉੱਥੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਨੇ, ਬੜੇ ਪੁਰਾਣੇ ਬਿਰਦ ਸਰੂਪ ਹੈ, ਅੰਤਰ ਨਹੀਂ, ਬਾਣੀ ਇੱਕ ਸਮਾਨ ਹੀ ਹੈ ਪਰ ਉਹਨਾਂ ਦਾ ਨੇਹ ਹੈ। ਸਰੂਪ ਦੀ ਹਾਲਤ ਬਿਰਦ ਵੀ ਹੋ ਚੁੱਕੀ ਹੈ, ਪਰ ਉਹ ਕਹਿੰਦੇ ਨਹੀਂ, ਅਸੀਂ ਇੱਦਾਂ ਹੀ ਰੱਖਣਾ ਗੁਰੂ ਸਾਹਿਬ ਦਾ ਸਰੂਪ। ਜਦੋਂ ਗੋਦਾਵਰੀ ਚੜ੍ਹਦੀ ਹੈ, ਹਰ ਵਰੇ ਚੜ੍ਹਦੀ ਹੈ ਉੱਥੇ, ਅਤੇ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਿੰਦੂ ਮੁਸਲਮਾਨ ਇਕੱਠੇ ਹੋ ਕੇ ਆਪਣੇ ਸੀਸ 'ਤੇ ਚੁੱਕ ਕੇ ਖੜ੍ਹ ਜਾਂਦੇ ਨੇ। ਪਾਣੀ ਵੱਧਦਾ ਵੱਧਦਾ ਹਰ ਵਰੇ ਇਹ ਕਲਾ ਵਰਤਦੀ ਹੈ, ਪਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੂੰਹਦਾ ਅਤੇ ਗੋਦਾਵਰੀ ਉੱਤਰ ਜਾਂਦੀ ਹੈ, ਪਿੰਡ ਬਚ ਜਾਂਦਾ। ਅਜ਼ਮਤਾਂ ਵਰਤ ਰਹੀਆਂ। 3 ਦਿਨ ਸਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਫਿਰੋਜ਼ਪੁਰ ਨੂੰ ਜਾਓ, ਪ੍ਰਗਟ ਸਾਹਿਬ ਸਥਾਨ ਪੁਲ ਦੇ ਨਾਲ ਬਣਿਆ। ਮੈਂ ਦਰਸ਼ਨ ਕਰਕੇ ਆਇਆ ਸੀ ਜਦੋਂ 88 'ਚ ਹੜ੍ਹ ਆਏ ਸਨ। 3 ਦਿਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਾਣੀ 'ਚ, ਨਦੀ 'ਚ, ਪੁਲ ਦੇ ਨਾਲ ਤਰਦਾ ਰਿਹਾ। ਵੇਖੋ, ਹੈ ਤਾਂ ਪਵਿੱਤਰ ਕਾਗਜ਼ ਨੇ ਨਾ ਜਿਨ੍ਹਾਂ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਹੈ, ਅਤੇ 3 ਦਿਨਾਂ ਦੇ ਬਾਅਦ ਉਹ ਪਵਿੱਤਰ ਸਰੂਪ ਕੱਢ ਕੇ ਪ੍ਰਕਾਸ਼ ਕੀਤਾ ਹੋਇਆ ਅੱਜ ਵੀ ਬਾਣੀ ਪੜ੍ਹੀ ਜਾਂਦੀ ਹੈ। ਕਿਤੇ ਇੱਕ ਅੰਗ ਗਿੱਲਾ ਨਹੀਂ ਹੋਇਆ ਸਾਧ ਸੰਗਤ,
ਆ ਪ੍ਰਤੱਖ ਹੈ, ਪ੍ਰਤੱਖ ਨਾ ਭਟਕੀਏ ਕਿਸੇ ਪਾਸੇ, ਸਭ ਗੱਲਾਂ ਸਾਡੀਆਂ ਸੁਣਦਾ ਤੇ ਸਾਡੇ ਨਾਲ ਗੱਲਾਂ ਕਰਦਾ, ਅਜਮਤਾਂ ਤੇ ਵਰਤਦੀਆਂ ਸਾਧ ਇੱਥੇ ਵਰਤਦੀਆਂ ਨੇ, ਐਵੇਂ ਨਹੀਂ ਪੰਥ ਟੁੱਕਣ ਲੱਗ ਪਿਆ। ਇਹ ਧਰਤੀ ਕੁਝ ਬੋਲਦੀ ਹੈ ਗੁਰਸਿੱਖੋ। ਆਣ ਪਹੁੰਚੇ ਸਤਿਗੁਰੂ ਸਰਸਾ ਨਦੀ ਕੇ ਪਾਸ, ਥੀ ਚਾਹਤ ਕੇ ਬੁਝਾਏ ਬਾਰਾਂ ਪਹਿਰ ਕੀ ਪਿਆਸ, ਕਰਕੇ ਇਸ਼ਨਾਨ ਔਰ ਬਦਲ ਕੇ ਨਯਾ ਲਿਬਾਸ, ਵਾਹਿਗੁਰੂ ਕਾ ਨਾਮ ਜਪੇ ਔਰ ਕਰੇ ਸਾਪਾਸ। ਸਾਪਾਸ ਦਾ ਅਰਥ ਹੈ ਸ਼ੁਕਰ। ਤੇ ਮੈਂ ਇਹ ਹੈਰਾਨ ਹੋ ਕੇ ਕਹਿੰਦਾ, ਘਰ ਉੱਜੜਿਆ, ਬੱਚੇ ਕਿਤੇ, ਬਿਪਤਾ ਸਿਰ ਦੇ ਉੱਤੇ, ਮੌਤ ਮੰਡਰਾ ਰਹੀ ਹੈ, ਇਹਦੇ ਤੋਂ ਵੱਡੀ ਕਸ਼ਟ ਦੁੱਖ ਦੀ ਹੋਰ ਕੀ ਕਹਾਣੀ ਹੋਏਗੀ। ਤੇ ਕਹਿੰਦੇ ਆਓ ਰਲ ਕੇ ਵਾਹਿਗੁਰੂ ਜੀ ਦਾ ਸ਼ੁਕਰ ਕਰੀਏ ਅੰਮ੍ਰਿਤ ਵੇਲੇ। ਅੱਜ ਅੱਜ ਗੁਰਮੁਖੋ ਨਾਲ ਨਾਲ ਚੱਲ ਰਹੇ ਹੋ ਤੁਸੀਂ, ਵਾਹਿਗੁਰੂ ਕਾ ਨਾਮ ਜਪੇ ਔਰ ਕਰੇ ਸਾ ਪਾਸ। ਤੇ ਜੋਗੀ ਜੀ ਕਹਿੰਦੇ ਹਾਂ ਬੈਠਣਾ ਜ਼ਰੂਰੀ ਸੀ, ਕਹਿੰਦੇ ਭਾਵੇਂ 10 ਲੱਖ ਫੌਜ ਪਿੱਛੇ ਆ ਰਹੀ ਹੈ, ਅੱਗੇ ਸਰਸਾ ਹੜੀ ਪਈ ਹੈ, ਮੁਸੀਬਤਾਂ ਬਹੁਤ ਨੇ, ਛੇਤੀ ਜਾਣਾ ਚਾਹੀਦਾ, ਪਰ ਉਹ ਟਿੱਕੀ ਹੋਈ ਸੁਰਤ ਵਾਲਾ ਮੁਸਲਮਾਨ ਵੀਰ ਕਹਿੰਦਾ ਵੀ ਬੈਠਣਾ ਬੜਾ ਜ਼ਰੂਰੀ ਸੀ, ਕਿਉਂਕਿ ਜਪਜੀ ਕਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗੁਰੂ ਗ੍ਰੰਥ ਕੋ ਭਰਨਾ ਜ਼ਰੂਰ ਥਾ। ਆਹ ਸਾਡੇ ਲਈ ਸਿੱਖਿਆ, ਜ਼ਰੂਰ ਥਾ। ਉਹਨੂੰ ਪਤਾ ਦਰਵੇਸ਼, ਸਾਨੂੰ ਵੀ ਪਤਾ ਲੱਗ ਜਾਵੇ, ਅਸੀਂ ਰੋਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰੀਏ, ਪੜ੍ਹੀ ਗੱਲਾਂ ਕਰੀਏ ਰੋਜ਼, ਭਾਵੇਂ ਇੱਕ ਅੰਗ ਪੜ੍ਹੋ ਸਾਧ ਸੰਗਤ, ਇੱਥੇ ਬੈਠੇ ਸਾਹਿਬਜ਼ਾਦੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਚੌਂਕੜਾ ਲਾ ਕੇ ਬੈਠ ਕੇ, ਅਤੇ ਉਹ ਟਿੱਕੀ ਸੁਰਤ ਕਹਿੰਦੀ ਵੀ ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ। ਇੱਕ ਨਾ ਗੁੱਸਾ ਬੜਾ ਚੜਿਆ ਅੱਲਾ ਯਾਰ ਖਾਂ ਜੋਗੀ ਜੀ ਨੂੰ, ਮੈਂ ਸਿਰਫ ਉਹਦੀਆਂ ਅੱਖਾਂ ਨਾਲ ਹੀ ਵੇਖਣਾ, ਆਪਣੇ ਕੋਲ ਵੇਖਣ ਦੀ ਸਮਰੱਥਾ ਹੀ ਨਹੀਂ। ਉਹਨਾਂ ਨੂੰ ਗੁੱਸਾ ਇੱਕ ਗੱਲ ਦਾ ਬੜਾ ਚੜਿਆ, ਇਸਲਾਮ ਦੇ ਅੰਦਰ ਇੱਕ ਮਰਿਆਦਾ ਹੈ, ਜਦੋਂ ਕੋਈ ਨਵਾਜ਼ ਅਦਾ ਕਰ ਰਿਹਾ ਹੋਵੇ, ਇਬਾਦਤ ਕਰ ਰਿਹਾ ਹੋਵੇ, ਉਹਦੇ ਅੱਗੋਂ ਦੀ ਨਹੀਂ ਗੁਜ਼ਰਨਾ, ਉਹਨੂੰ ਡਿਸਟਰਬ ਨਹੀਂ ਕਰਨਾ, ਸਾਰੇ ਧਰਮ ਇਹੀ ਸਿਖਾਉਂਦੇ। ਤੇ ਜੋਗੀ ਜੀ ਕਹਿੰਦੇ ਮੇਰੇ ਅੰਦਰ ਦਾ ਇੱਕ ਕ੍ਰੋਧ ਹੈ, ਉਹ ਲਾਂਤੀ ਸ਼ਬਦ ਵਰਤਦਾ, ਕਹਿੰਦੇ ਜਦੋਂ ਧੰਨ ਕਲਗੀਆਂ ਵਾਲੇ ਸਾਹਿਬ ਦੇ ਸਿੱਖ, ਜਦੋਂ ਗੁਰੂ ਨਾਨਕ ਦੇ ਪਿਆਰੇ, ਜਬ ਮਹਿਵੇ ਬੰਦਗੀ ਹੋਏ ਨਾਨਕ ਕੇ ਜਾਨਸ਼ੀਨ, ਮਹਿਵੇ ਬੰਦਗੀ ਮਤਲਬ ਜਦੋਂ ਬੰਦਗੀ ਚ ਲੀਨ ਹੋ ਗਏ, ਇੱਕ ਸੁਰ ਹੋ ਗਏ, ਬਿਪਤਾ ਦੀ ਪਰਵਾਹ ਕੋਈ ਨਹੀਂ, ਸਰੀਰਾਂ ਦੀ ਪਰਵਾਹ ਕੋਈ ਨਹੀਂ, ਜਦੋਂ ਸੁਰਤਾਂ ਟਿੱਕ ਗਈਆਂ, ਸਾਨੂੰ ਸਰਦੀ ਦੀ ਪਰਵਾਹ, ਸਾਨੂੰ ਰਾਤ ਪਰਤਣ ਦੀ ਪਰਵਾਹ, ਉਹਨਾਂ ਨੂੰ ਮੌਤ ਦੀ ਪਰਵਾਹ ਕੋਈ ਨਹੀਂ, ਤੇ ਜਬ ਮਹਿਵੇ ਬੰਦਗੀ ਹੋਏ ਨਾਨਕ ਕੇ ਜਾਨ ਸੀਨ, ਟੂਟ ਪਰੇ ਖਾਲਸੇ ਪੇ ਟੂਟ ਪਰੇ ਆ ਕੇ ਕਈ ਲਾਈਨ, ਲਾਈਨ ਦਾ ਅਰਥ ਲਾਨਤ ਉਹਨਾਂ ਲੋਕਾਂ ਤੇ, ਉਹਨਾਂ ਨੇ ਬੰਦਗੀ ਕਰਦੇ ਸਿੱਖਾਂ ਤੇ ਹਮਲਾ ਕਰ ਦਿੱਤਾ। ਥਾ ਸਰ ਪੇ ਵਕਤ ਆ ਗਿਆ ਸਾਜੋ ਆਸਾ ਕੀ ਵਾਰ ਕਾ, ਸਾਜੋ ਕੇ ਜ਼ੋਰੋਂ ਬੰਬ ਔਰ ਚੜਾ ਉਤਾਰ ਕਾ, ਮਨਸਾ ਥਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਕਰ ਲੈ ਭਜਨ ਕਿਰਦਗਾਰ ਕਾ, ਤੇ ਬੈਠ ਕੇ ਉਸ ਵੇਲੇ ਹੱਲਾ ਬੋਲ ਦਿੱਤਾ। ਸਤ ਸੰਗਤ, ਅੱਜ ਅੰਮ੍ਰਿਤ ਵੇਲਾ, ਅੱਜ ਮੈਂ ਬਹੁਤਾ ਲੰਬਾ ਨਹੀਂ ਜਾਣਾ, ਪੈਂਡਾ ਲੰਬਾ ਸਫ਼ਰ ਦੁਰੇਡੇ ਦਾ, ਸੰਗਤ ਬਹੁਤ ਦੂਰ ਦੂਰ ਤੋਂ ਆਈ ਹੈ, ਕੱਲ੍ਹ ਖੁੱਲ੍ਹ ਕੇ ਵਿਚਾਰਾ ਕਰਾਂਗੇ, ਉੱਥੇ ਥੋੜ੍ਹਾ ਨੇੜੇ ਹੈ। ਅੰਮ੍ਰਿਤ ਵੇਲਾ ਸੰਭਾਲਿਆ ਤੇ ਦਸ਼ਮੇਸ਼ ਜੀ ਨੇ ਕਿਹਾ ਸਰਸਾ ਪਾਰ ਕਰੋ, ਪਿੱਛੋਂ ਦਲ ਟੁੱਟ ਕੇ ਪਿਆ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਪਿੱਛੇ ਮੁਕਾਬਲਾ ਕਰ ਰਿਹਾ, ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਪਿੱਛੇ ਮੁਕਾਬਲਾ ਕਰ ਰਿਹਾ, ਗੱਗੋ ਮਾਹਲ ਪਿੰਡ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਇਹਨਾਂ ਦਾ ਬੜੇ, ਇਹ ਜਿਹੜਾ ਗੁਰਸਿੱਖ ਘਰਾਣਾ ਸੀ ਗੁਰੂ ਘਰ ਨੂੰ ਸਮਰਪਿਤ ਭਾਈ ਜੀਵਨ ਸਿੰਘ ਜੀ ਦਾ ਘਰਾਣਾ। ਹੱਥ ਬੰਨ ਕੇ ਬੇਨਤੀ ਕਰਦਾ ਸਿੱਖੋ, ਬਰਾਦਰੀਆਂ ਦੇ ਨਾਂ 'ਤੇ ਗੁਰਦੁਆਰੇ ਨਾ ਵੰਡੋ, ਮੇਰੇ ਕਲਗੀਧਰ ਪਾਤਸ਼ਾਹ ਦੇ ਸੀਨੇ 'ਚੋਂ ਚੀਸ ਉੱਠੇਗੀ ਜਦੋਂ ਤੁਸੀਂ ਉਹਦੇ ਪਿਆਰਿਆਂ ਨੂੰ ਧੂਕ ਸੀਟ ਕੇ ਬਾਹਰ ਕੱਢਣ ਦਾ ਯਤਨ ਕਰਦੇ ਹੋ, ਵੱਡਾ ਪਾਪ ਲੱਗੇਗਾ ਤੁਹਾਨੂੰ। ਭਾਈ ਜੀਵਨ ਸਿੰਘ ਜੀ ਸੀਨਾ ਤਾਣ ਕੇ ਖੜ੍ਹੇ ਨੇ, ਭਾਈ ਉਦੇ ਸਿੰਘ ਜੀ ਅਤੇ ਮਹਾਰਾਜ ਨੇ ਬਚਨ ਉੱਥੇ ਕੀਤਾ ਸੀ, ਇਤਿਹਾਸ ਚਾਹੁੰਦਾ ਵੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬੜੇ ਵਿਸਥਾਰ ਨਾਲ ਆਇਆ ਵੀ ਜਾਓ ਅਜੀਤ ਸਿੰਘ ਨੂੰ ਵਾਪਸ ਬੁਲਾ ਲਓ, ਸਾਡੇ ਨਾਲ ਆਏ, ਤੁਹਾਡੀ ਜਗ੍ਹਾ ਨਹੀਂ। ਸਰਸਾ ਪਾਰ ਕੀਤੀ, ਸਰਸਾ ਦਾ ਹੜ੍ਹ, ਅੱਗੋਂ ਰੋਪੜ ਦੇ ਰੰਗੜਾਂ ਦਾ ਹੱਲਾ,
अफरा तफरी मची, सारा परिवार खेरू खेरू हो गया। भाई उदय सिंह जी कितने लड़ रहे ने, भाई जीवन सिंह जी सरसा तो पारले पासे शहीद हो गए। उधर निहंग खां पठान हाथ बनी धन ऐसिया रूहां साध संगत, वह साहबां नूं अपने घर टिकाउंदा है। भाई बचित्र सिंह जी उत्थे आखिरी श्वास लैंदे ने, धन निहंग खान, धन उहदी धी बीबी मुमताज। ये किदां दे रंग वाले लोग ने, 125 वरे की उम्र जीवी पर बंदगी चलीन, बहुत प्यारा रमणीक स्थान है बीबी मुमताज। महाराज सत पोह की रात, अज रात वड्डे साहबजादियां दे समेत, पंजां प्यारियां समेत, 35 कु सिंघां समेत चमकौर की गढ़ी च पहुँच के ते मेरी माँ गुजरी। धन बाबा जोरावर सिंह, धन बाबा फतेह सिंह, वो इत्थे जिथे तुसीं बैठे इत्थे बैठे आ। रात सां सां कर रही है, पोह की ठंडी रात, कई दिनों की बरसात। दरिया वगदे दो कोल, हड्डां नूं चीरदी है ठंड। तुसीं ते इन्नी गिनती च बैठे हो, थोड़ा निग लग्या। किदां रात गुजरी होएगी, किवें दा दिन चढ़िया, बस एहसास, ताकि सानू पता लगे सुख किन्ने महंगे मिले है, जिहड़े असीं भोग रहे हां ना, ये सुख किन्ने महंगे मिले मेरे कलगीधर पातशाह जी दे जिगर दे टुकड़िया दे, उन्हां दे वट्टे मिले है सानू। मेरी भैनों, सिमरन किदां भुल जाएगा सानू भला साहबजादियां दा, ये बिस्तरे, ये घर, ये सुख, ये पदार्थ, ये बाल, एक सा नहीं तुहानू भुलणगे। धन बाबा जोरावर सिंह, बाबा फतेह सिंह मां गुजरी जी, बस वो इत्थे वसे रहन ते असीं उहनां दे करजदार हाँ, सानू महसूस होवे। इस थां ते रात गुजरदी है, इत्थों कल अठ पोह दा सूरज चढ़दा है, वो आपां कल नूं सहेड़ी पहुँचदे हां महाराज मां जी ते साहबजादे, फिर उत्थे जाके गल्लां करांगे सात संगत। ते मेरी बेनती है वीर जी नूं, भाई साहब भाई मनिंदर सिंह जी, तुहाडे अंदर भी उत्सुकता होंदी, तुसीं सुनना उहनां दे, उहनां इह वेदना ही है साध संगत, वेदना ही। मैं सच्ची गल दसां, एक दिन असीं गल्लां कर रहे सी ते एक असीं तुर अंदरों सच्ची महसूस कीता वी इह जिहड़े विराग दे हंजू ने ना तुहाडे, असल च साडी मैल नूं इह धो दिंदे आ। इह गुनाह नहीं है साध संगत, पाप नहीं है, ये प्रीत है। तो जो तुहाडे अंदरों प्रीत दे झरने फुटते ने, उहदा फल मिलता है, फिर भी प्रीत जाग पई है। वाहिगुरु करे जाग पे, सानू भी असीस देव साडे अंदर भी जाग पे। आओ लाहा लो, मैं भुलां की माफ़ी मंगदा, बहुत प्यारा साथ सारे गुरसिख ऋणी हाँ तुहाडा, ऋणी। पता नहीं लग रहा एक भी कीर्तनीए नूं एक पंजा माया नहीं दित्ती जांदी, आ टीवी चैनल दर्जना लगे हुए है और हैरान होवोगे एक पैसा नहीं देण जोगे, ना कोई पैसा ग्राही करदे आ, गुरु करवा रहे, कला वरत रही है। मेरे विद्या दाते जिन्हां को मैं विद्या लई, प्रोफेसर बलविंदर सिंह जी जौड़ा सिंघा, उह श्रोमणी गुरद्वारा प्रबंधक कमेटी वल्लों अज आए, ते जदों बच्चे प्यार मानते होण, असीसां लैंदे होण, ते वड्डियां नूं मापियां नूं चाह भी चढ़दा। सो तुहाडा सारिआं दा धन्नवाद है, सारे मैंबर श्रोमणी कमेटी साहिबान बैठे और संगत च बैठे, अगर किसी ने अपना चेहरा दिखाउण दा यतन नहीं कीता, इदां ही असीं मिट जाइए, बस अरदास करिए कोई धड़ा ना रहे साडा, बस पंथ रह जाए पंथ, कोई पहचान ना रह जाए साडी, बस रह जाए ते पंथ रह जाए। एक दिन गुरु जरूर रंग लियाएगा, पंथ ही बचेगा, असीं सारे इस पंथ के समुंदर विच समा जावांगे। वाहिगुरु इदां दा दिन छेती लियाउण असीस दिओ, कल नूं फिर समें सिर हाजरी भर के खुल्लियां बातां करांगे। वाहिगुरु जी का खालसा, वाहिगुरु जी की